ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ ਪੰਜਾਬ ਦੇ ਵਿੱਚ ਕਰੋਨਾ ਦੇ ਹਾਲਾਤ ਦੱਸਾਂਗੇ ਤੇ ਸਾਰੀਆਂ ਖਾਸ ਖਬਰਾਂ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਰੋਨਾ ਵਾਇਰਸ ਟੈਸਟ ਨੈਗੇਟਿਵ ਪਾਇਆ ਗਿਆ 8 ਜੂਨ ਨੂੰ ਉਹਨਾਂ ਨੂੰ ਸ਼ਿਕਾਇਤ ਹੋਈ ਸੀ ਗਲੇ ਵਿੱਚ ਖਾਰਿਸ਼ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੇ ਆਈਸੋਲੇਟ ਕਰ ਲਿਆ ਸੀ ਆਪਣੇ ਆਪ ਨੂੰ 9 ਜੂਨ ਨੂੰ ਸਵੇਰੇ ਟੈਸਟ ਹੋਇਆ ਉਸ ਤੋਂ ਬਾਅਦ 9 ਜੂਨ ਦੀ ਸ਼ਾਮ ਨੂੰ ਟੈਸਟ ਦੀ ਰਿਪੋਰਟ ਆਈ ਜਿਹਦੇ ਵਿੱਚ ਉਹ ਨੈਗੇਟਿਵ ਪਾਏ ਗਏ ਨੇ ਚੰਗੀ ਗੱਲ ਹੈ ਸਾਰੇ ਜਣੇ ਉਹਨਾਂ ਦੀਆਂ ਸਿਹਤ ਦੀਆਂ ਦੁਆਵਾਂ ਜਿਹੜੀਆਂ ਮੰਗ ਰਹੇ ਸੀ ਉਸ ਤੋਂ ਬਾਅਦ ਦੱਸ ਦਈਏ ਪੰਜਾਬ ਦੀ ਹੋਰ ਅਹਿਮ ਖਬਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਫੀਸਾਂ ਦਾ ਮਸਲਾ ਹੈ ਜਿਸ 'ਤੇ ਕਾਫੀ ਰੌਲਾ ਪਿਆ ਹੋਇਆ ਉਸ ਮਸਲੇ ਨੂੰ ਸੁਲਝਾਉਣ ਦੇ ਲਈ ਆਦੇਸ਼ ਦਿੱਤੇ ਸੀ ਜਿਹਦੇ ਵਿੱਚ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਸੀ ਕਿ ਮੀਟਿੰਗ ਦੇ ਵਿੱਚ ਸਾਰਾ ਮਸਲਾ ਸੁਲਝਾਇਆ ਜਾਵੇ 9 ਜੂਨ ਨੂੰ ਦੋ ਮੀਟਿੰਗਸ ਹੋਈਆਂ ਨੇ ਉਹਦੇ ਵਿੱਚ ਵਿਦਿਆਰਥੀਆਂ ਦੇ ਮਾਪੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਪ੍ਰਬੰਧਕ ਅਤੇ ਸਰਕਾਰ ਦੇ ਨੁਮਾਇੰਦੇ ਸ਼ਾਮਲ ਸੀ ਦੋ ਮੀਟਿੰਗਸ ਹੋਈਆਂ ਸਵੇਰੇ ਸ਼ਾਮ ਕੋਈ ਸਿੱਟਾ ਨਹੀਂ ਨਿਕਲਿਆ ਬੇਸਿੱਟਾਂ ਰਹੀਆਂ ਨੇ ਹਾਈ ਕੋਰਟ ਨੇ ਆਦੇਸ਼ ਦਿੱਤੇ ਸੀ ਕਿ ਇਸ ਤਰੀਕੇ ਦਾ ਫੈਸਲਾ ਜਿਹੜਾ ਰਲ ਮਿਲ ਕੇ ਲਿਆ ਜਾਣਾ ਚਾਹੀਦਾ ਜਿਹੜਾ ਕਿ ਵਿਦਿਆਰਥੀਆਂ ਦੇ ਉੱਤੇ ਬੋਝ ਨਾ ਪਾਵੇ ਵਿਦਿਆਰਥੀਆਂ ਦੇ ਹੱਕਾਂ ਦੇ ਵਿੱਚ ਭੁਗਤਦਾ ਹੋਵੇ ਕਰੋਨਾ ਵਾਇਰਸ ਦੇ ਹਾਲਾਤ ਦੱਸ ਦਈਏ ਤਾਂ ਪੰਜਾਬ ਦੇ ਵਿੱਚ 9 ਜੂਨ ਨੂੰ 9 ਜ਼ਿਲ੍ਹਿਆਂ ਦੇ ਵਿੱਚ 56 ਕੇਸ ਨਵੇਂ ਦਰਜ ਕੀਤੇ ਗਏ ਨੇ ਦੋ ਮੌਤਾਂ ਵੀ ਹੋਈਆਂ ਨੇ ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ 55 ਹੋ ਗਈ ਹੈ ਪੂਰੇ ਪੰਜਾਬ ਦੇ ਵਿੱਚ ਹੁਣ ਤੱਕ ਪੰਜਾਬ ਦੇ ਵਿੱਚ 2719 ਕੁੱਲ ਪਾਜ਼ੀਟਿਵ ਮਰੀਜ਼ ਪਾਏ ਗਏ ਨੇ ਅੱਜ ਤੱਕ ਜਿਨ੍ਹਾਂ ਦੇ ਵਿੱਚੋਂ ਅੱਜ ਤੱਕ 2167 ਠੀਕ ਹੋ ਚੁੱਕੇ ਨੇ ਅਤੇ ਹੁਣ ਐਕਟਿਵ ਕੇਸ 497 ਰਹਿੰਦੇ ਨੇ ਕਿਉਂਕਿ 55 ਲੋਕ ਨੇ ਜਿਹੜੇ ਉਹ ਮਾਰੇ ਜਾ ਚੁੱਕੇ ਨੇ ਇਸ ਬਿਮਾਰੀ ਦੇ ਨਾਲ ਆਕਸੀਜਨ ਸਪੋਰਟ 'ਤੇ ਅੱਜ 9 ਜੂਨ ਨੂੰ ਇੱਕ ਜਣੇ ਨੂੰ ਹੋਰ ਪਾਇਆ ਗਿਆ ਅਤੇ ਵੈਂਟੀਲੇਟਰ 'ਤੇ ਜਿਹੜੇ ਦੋ ਮਰੀਜ਼ਾਂ ਨੂੰ ਪਾਇਆ ਗਿਆ ਹੈਗਾ ਜਿਸ ਤੋਂ ਬਾਅਦ ਸੂਬੇ ਦੇ ਵਿੱਚ ਆਕਸੀਜਨ ਸਪੋਰਟ 'ਤੇ ਕੁੱਲ 9 ਜਣੇ ਨੇ ਅਤੇ ਵੈਂਟੀਲੇਟਰ ਸਪੋਰਟ 'ਤੇ 5 ਜਣੇ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਹੈਗੀ ਹੈ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 39 ਹੈ ਅੰਮ੍ਰਿਤਸਰ 'ਚ 12 ਮਰੀਜ਼ ਠੀਕ ਹੋਏ ਨੇ ਪਟਿਆਲਾ 'ਚ 2 ਹੁਸ਼ਿਆਰਪੁਰ 'ਚ 9 ਸ਼ਹੀਦ ਭਗਤ ਸਿੰਘ ਨਗਰ 'ਚ 1 ਰੋਪੜ 'ਚ 9 ਫਤਿਹਗੜ੍ਹ ਸਾਹਿਬ 'ਚ 5 ਬਰਨਾਲਾ 'ਚ 1 ਦੋ ਜਿਹੜੀਆਂ ਮੌਤਾਂ ਹੋਈਆਂ ਨੇ ਦੋਵੇਂ ਅੰਮ੍ਰਿਤਸਰ ਦੇ ਵਿੱਚ ਹੋਈਆਂ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ 6 ਇਲਾਕਿਆਂ ਨੂੰ ਸੀਲ ਵੀ ਕਰ ਦਿੱਤਾ ਗਿਆ ਅੱਗੇ ਖਬਰ ਤੁਹਾਨੂੰ ਦੱਸਾਂਗੇ ਲੁਧਿਆਣਾ ਦੇ ਵਿੱਚ 15 ਮਰੀਜ਼ ਸਾਹਮਣੇ ਆਏ ਨੇ 9 ਜੂਨ ਨੂੰ ਅੰਮ੍ਰਿਤਸਰ 'ਚ 20 ਪਠਾਨਕੋਟ 'ਚ 3 ਮੋਹਾਲੀ ਦੇ ਵਿੱਚ 5 ਨਵੇਂ ਮਰੀਜ਼ ਆ ਗਏ ਨੇ ਸੰਗਰੂਰ 'ਚ 5 ਪਟਿਆਲਾ 'ਚ 1 ਜਲੰਧਰ 'ਚ 5 ਤਰਨ ਤਾਰਨ 'ਚ 1 ਅਤੇ ਰੋਪੜ ਦੇ ਵਿੱਚ 1 ਮਰੀਜ਼ ਨਵਾਂ ਆਇਆ ਹੈਗਾ ਅਤੇ ਪੂਰੇ ਪੰਜਾਬ ਦੇ ਵਿੱਚ ਸਿਰਫ 1 ਜ਼ਿਲ੍ਹਾ ਜਿਹੜਾ ਕਰੋਨਾ ਮੁਕਤ ਹੈ ਉਹ ਹੈ ਫਿਰੋਜ਼ਪੁਰ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੇਸ ਦਰਜ ਕੀਤੇ ਗਏ ਨੇ ਅਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਕੇਸ ਨੇ 135 ਜਲੰਧਰ 'ਚ 73 ਲੁਧਿਆਣਾ ਦੇ ਵਿੱਚ 96 ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ਦੇ ਵਿੱਚ ਹੋਈਆਂ ਨੇ 11 ਲੁਧਿਆਣੇ 'ਚ 10 ਮੌਤਾਂ ਹੋਈਆਂ ਅਤੇ ਜਲੰਧਰ ਦੇ ਵਿੱਚ 8 ਮੌਤਾਂ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਵੀ 4 ਮੌਤਾਂ ਹੋਈਆਂ ਨੇ ਬਹੁਤ ਸਾਰੇ ਜ਼ਿਲ੍ਹੇ ਇਹੋ ਜਿਹੇ ਵੀ ਨੇ ਜਿੱਥੇ ਕੋਈ ਮੌਤ ਨਹੀਂ ਹੋਈ ਸੋ ਪੰਜਾਬ ਆਸ ਕਰਦੇ ਹਾਂ ਕਿ ਜਲਦੀ ਹੀ ਕਰੋਨਾ ਵਾਇਰਸ ਤੋਂ ਮੁਕਤ ਹੋ ਜਾਏਗਾ ਪਰ ਜੇ ਅਸੀਂ ਸਾਵਧਾਨੀਆਂ ਦੀ ਪਾਲਣਾ ਕਰਾਂਗੇ ਤਾਂ ਹੀ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਸਿੱਖ ਕੌਮ ਦੇ ਜਿਹੜੇ ਸਿੱਖਾਂ ਨੂੰ ਰਿਪ੍ਰਜੈਂਟ ਕਰਨ ਵਾਲੇ 3 ਕੌਮਾਂਤਰੀ ਚੈਨਲ ਨੇ ਉਹ ਭਾਰਤ ਸਰਕਾਰ ਨੇ ਬੈਨ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਅਕਾਲ ਚੈਨਲ TV84 ਚੈਨਲ ਅਤੇ KTV ਚੈਨਲ ਇਹ ਸਾਰੇ ਵਿਦੇਸ਼ਾਂ ਦੇ ਵਿੱਚੋਂ ਬਾਹਰੋਂ ਚੱਲਦੇ ਹੈਗੇ ਨੇ ਅਕਾਲ ਚੈਨਲ ਵੀ ਇੰਗਲੈਂਡ ਤੋਂ TV84 ਅਮੈਰੀਕਾ ਤੋਂ KTV ਵੀ ਇੰਗਲੈਂਡ ਤੋਂ ਚੱਲਦਾ ਹੈਗਾ ਭਾਰਤ ਦੇ ਵਿੱਚ ਸਟ੍ਰੀਮਿੰਗ ਹੁੰਦੀ ਸੀ ਯੂਟਿਊਬ ਅਤੇ ਫੇਸਬੁੱਕ ਇਹਨਾਂ ਦੇ ਦੋਵੇਂ ਪਲੈਟਫਾਰਮਸ ਦੇ ਉੱਤੇ ਭਾਰਤ ਦੇ ਵਿੱਚ ਰੋਕ ਲਾ ਦਿੱਤੀ ਗਈ ਹੈ ਇਲਜ਼ਾਮ ਲਾਇਆ ਗਿਆ ਕਿ ਜਿਹੜੀਆਂ ਗਰਮ ਖਿਆਲੀ ਖਬਰਾਂ ਨੇ ਉਹ ਇਹਨਾਂ ਚੈਨਲਾਂ ਦੇ ਵੱਲੋਂ ਚਲਾਈਆਂ ਗਈਆਂ ਨੇ ਇਸ ਕਰਕੇ ਇਹਨਾਂ 'ਤੇ ਰੋਕ ਲਾਈ ਗਈ ਹੈ ਜਿਸ ਦੇ ਖਿਲਾਫ ਸਿੱਖ ਭਾਈਚਾਰੇ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਸੰਕੇਤਕ ਵਿਰੋਧ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਮੀਡੀਆ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤ ਸਰਕਾਰ ਅਤੇ ਹੁਣੇ ਹੁਣੇ ਸਾਨੂੰ ਜਾਣਕਾਰੀ ਵੀ ਮਿਲੀ ਹੈ ਕੁਛ ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਅਕਾਲ ਚੈਨਲ ਹੈ ਜਿਹੜਾ ਮੁੜ ਤੋਂ ਯੂਟਿਊਬ ਦੇ ਵੱਲੋਂ ਭਾਰਤ ਦੇ ਵਿੱਚ ਔਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਵੀ ਤੁਸੀਂ ਇਸ ਚੈਨਲ ਨੂੰ ਦੇਖ ਸਕਦੇ ਹੋ ਯੂਟਿਊਬ 'ਤੇ ਸੋ ਅੱਗੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਗੁਰੂ ਕੀ ਨਗਰੀ ਦੇ ਵਿੱਚ ਕਰੋਨਾ ਦੇ ਰੋਜ਼ ਵੱਧ ਰਹੇ ਮਰੀਜ਼ਾਂ ਦੇ ਕਾਰਨ ਸ਼ਹਿਰ ਦੇ 6 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਹੜੇ ਕੰਟੇਨਮੈਂਟ ਜ਼ੋਨ ਹੁੰਦੇ ਨੇ ਉਹ ਇਲਾਕਿਆਂ ਨੂੰ ਬਿਲਕੁਲ ਸੀਲ ਕਰ ਦਿੱਤਾ ਜਾਂਦਾ ਹੈ ਉੱਥੋਂ ਨਾ ਹੀ ਤਾਂ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਹੁੰਦੀ ਹੈ ਨਾ ਹੀ ਅੰਦਰ ਆਉਣ ਦੀ ਬਸ਼ਰਤੇ ਕਿ ਸਿਰਫ ਜ਼ਰੂਰੀ ਚੀਜ਼ਾਂ ਨਾਲ ਸੰਬੰਧਿਤ ਲੋਕਾਂ ਨੂੰ ਪ੍ਰਸ਼ਾਸਨ ਨੇ ਇੱਥੇ ਸਖਤੀ ਹੈ ਜਿਹੜੀ ਪੂਰੀ ਦਿਖਾਈ ਹੈ ਅਤੇ ਇਹਨਾਂ ਪ੍ਰਭਾਵਿਤ ਇਲਾਕਿਆਂ ਵਿੱਚ ਰੋਜ਼ਾਨਾ 1000 ਵਿਅਕਤੀਆਂ ਦੇ ਕਰੋਨਾ ਟੈਸਟ ਕੀਤੇ ਜਾਣਗੇ ਇਹਨਾਂ ਇਲਾਕਿਆਂ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾਏਗਾ ਦਰਅਸਲ ਅੰਮ੍ਰਿਤਸਰ ਦੇ ਵਿੱਚ 3 ਜਿਹੜੀਆਂ ਮੌਤਾਂ ਹੋਈਆਂ ਨੇ ਬੀਤੇ ਦਿਨਾਂ ਦੇ ਵਿੱਚ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਸਖਤ ਫੈਸਲਾ ਲਿਆ ਜਿਹੜੇ 6 ਇਲਾਕੇ ਕੰਟੇਨਮੈਂਟ ਜ਼ੋਨ ਬਣਾਏ ਨੇ ਬੰਬੇ ਵਾਲਾ ਖੂਹ ਕਟੜਾ ਪਰ
ਕਰਜਾ, ਕਟੜਾ ਮੋਤੀ ਰਾਮ, ਗੰਜ ਦੀ ਮੋਰੀ, ਗਲੀ ਕੰਧਾਂ ਵਾਲੀ, ਰਾਮ ਬਾਗ ਵਾਲੀ ਗਲੀ, ਇਹ ਸਾਰੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ। ਇੱਥੇ ਬੈਰੀਕੇਡ ਲਾ ਦਿੱਤੀ ਹੈ, ਹੋਰ ਲੋਕਾਂ ਦੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਸਿਰਫ ਰਾਸ਼ਨ ਤੇ ਦਵਾਈਆਂ ਦੀਆਂ ਦੁਕਾਨਾਂ ਖੋਲਣ ਦੀ ਇੱਥੇ ਆਗਿਆ ਦਿੱਤੀ ਗਈ ਹੈ। ਜਲੰਧਰ ਤੋਂ ਖਬਰ ਹੈ ਜਿੱਥੇ ਦੋ ਜੱਜਾਂ ਸਮੇਤ ਅਦਾਲਤੀ ਸਟਾਫ ਅਤੇ ਇੱਕ ਵਕੀਲ ਨੂੰ ਇਕਾਂਤਵਾਸ ਰਹਿਣ ਦੇ ਲਈ ਕਿਹਾ ਗਿਆ। ਕਮਿਸ਼ਨਰੇਟ ਪੁਲਿਸ ਦੀ ਉਸ ਟੀਮ ਨੂੰ ਵੀ ਲੰਘੀ ਰਾਤ ਘਰ ਦੇ ਵਿੱਚ ਇਕਾਂਤਵਾਸ ਕੀਤਾ ਗਿਆ, ਜਿਸ ਨੇ ਬੀਤੇ ਦਿਨੀ ਜੁਆਰੀਆਂ ਨੂੰ ਫੜਿਆ ਸੀ। ਦਰਅਸਲ ਇਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰਵਾਉਣ ਦਾ ਕਾਰਨ ਜੁਆਰੀਏ ਬਣੇ ਨੇ। ਜੁਆਰੀਆਂ ਦੇ ਜਦੋਂ ਕੋਰੋਨਾ ਟੈਸਟ ਕਰਵਾਏ ਗਏ ਤਾਂ ਇੱਕ ਜੁਆਰੀ ਹੈ ਜਿਹੜਾ ਉਹ ਪੋਜ਼ਿਟਿਵ ਨਿਕਲਿਆ ਸੀ। ਇਹਨਾਂ ਜੁਆਰੀਆਂ ਨੂੰ ਜਿਹੜੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਉਸ ਅਦਾਲਤ ਦੇ ਦੋ ਜੱਜਾਂ ਸਮੇਤ ਹੋਰ ਸਟਾਫ ਨੂੰ ਇਕਾਂਤਵਾਸ ਰਹਿਣ ਦੀਆਂ ਹਦਾਇਤਾਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਇੱਕ ਦਾਅਵਾ ਖਾਰਜ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਚਿਕਨ ਖਾਣ ਦੇ ਨਾਲ ਕੋਰੋਨਾ ਵਾਇਰਸ ਫੈਲਦਾ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਬਿਲਕੁਲ ਹੀ ਤੱਥ ਹੈ ਜਿਹੜਾ ਉਹ ਬਿਲਕੁਲ ਝੂਠਾ ਹੈ, ਆਧਾਰਹੀਣ ਹੈ। ਉਹਨਾਂ ਕਿਹਾ ਕਿ ਇਸ ਦਾ ਜਿਹੜਾ ਸੇਵਨ ਹੈ, ਜਿਹੜੇ ਵੀ ਲੋਕ ਚਿਕਨ ਖਾਂਦੇ ਨੇ ਉਹਨੂੰ ਬਿਨਾਂ ਡਰ ਤੋਂ ਲੈਂਦੇ ਰਹਿਣਾ ਚਾਹੀਦਾ। ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਰੋਨਾ ਵਾਇਰਸ ਹੈ ਜਿਹੜਾ ਉਹ ਚਿਕਨ ਤੋਂ ਫੈਲਣ ਦਾ ਕੋਈ ਵੀ ਮਾਮਲਾ ਨਹੀਂ ਸਾਹਮਣੇ ਆਇਆ, ਇਹ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਕਿਹਾ ਹੈਗਾ। ਹੁਣ ਤੁਹਾਨੂੰ ਮੋਗਾ ਦੀ ਖਬਰ ਦੱਸ ਦਿੰਦੇ ਹਾਂ ਜਿੱਥੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਹੋਇਆ, ਇੱਕ ਹੌਲਦਾਰ ਦੀ ਮੌਤ ਹੋਈ ਹੈ ਅਤੇ ਦੋ ਜ਼ਖਮੀ ਹੋਏ ਨੇ। ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੇ ਵਿੱਚ ਲੰਘੀ ਰਾਤ ਇਹ ਘਟਨਾ ਵਾਪਰੀ ਹੈ। ਅਸਲ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜਿਹਦੇ ਵਿੱਚ ਜ਼ਖਮੀ ਹੋ ਗਏ ਨੇ ਅਤੇ ਇੱਕ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋਈ ਹੈ। ਦਰਅਸਲ ਮੋਗਾ ਜ਼ਿਲ੍ਹੇ ਦੇ ਖੋਸਾ ਪਾਂਡੋ ਦੇ ਵਿੱਚ ਤੂੜੀ ਨੂੰ ਅੱਗ ਲਾਉਣ ਦੇ ਮਾਮੂਲੀ ਝਗੜੇ ਦੀ ਸ਼ਿਕਾਇਤ ਹੈ ਜਿਹੜੀ, ਉਸ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਹੈ ਉਹ ਮੌਕੇ 'ਤੇ ਪਹੁੰਚੀ ਸੀ। ਪਿੰਡ ਦੇ ਵਿੱਚ ਮੁਲਜ਼ਮ ਨੇ ਪੁਲਿਸ ਪਾਰਟੀ ਦੇ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਪੁਲਿਸ ਫੋਰਸ ਹੈ ਜਿਹੜੀ ਉਹ ਵਧੇਰੇ ਗਿਣਤੀ ਦੇ ਵਿੱਚ ਭੇਜੀ ਗਈ। ਗੁਰਵਿੰਦਰ ਸਿੰਘ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਈਆਂ ਅਤੇ ਜਵਾਬ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਇਸ ਜਵਾਬੀ ਕਾਰਵਾਈ ਦੇ ਵਿੱਚ, ਦੋਵੇਂ ਪਾਸਿਆਂ ਤੋਂ ਹੋਈ ਕਾਰਵਾਈ ਦੇ ਵਿੱਚ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋ ਗਈ ਹੈ। ਮੁਲਜ਼ਮ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸਰਕਾਰੀ ਹਸਪਤਾਲ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਕਿਉਂਕਿ ਉਹ ਵੀ ਜ਼ਖਮੀ ਹੋਇਆ ਹੈ ਅਤੇ ਉੱਚ ਅਧਿਕਾਰੀ ਨੇ ਜਿਹੜੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਦਰਅਸਲ 35 ਸਾਲਾ ਨੌਜਵਾਨ ਜਿਹੜਾ ਗੁਰਵਿੰਦਰ ਸਿੰਘ ਹੈ ਉਹਨੇ ਆਪਣੇ ਚਾਚੇ ਦੇ ਤੂੜੀ ਵਾਲੇ ਕਮਰੇ ਦੇ ਵਿੱਚ ਅੱਗ ਲਾ ਦਿੱਤੀ ਸੀ। ਜਾਣਕਾਰੀ ਜੋ ਮਿਲੀ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਅਤੇ ਉਸ ਦੀ ਸ਼ਿਕਾਇਤ ਹੈ ਜਿਹੜੀ ਥਾਣਾ ਸਦਰ ਨੂੰ ਜਦੋਂ ਮਿਲੀ ਤਾਂ ਫਿਰ ਪੁਲਿਸ ਪਾਰਟੀ ਉੱਥੇ ਗਈ। ਉਸ ਤੋਂ ਬਾਅਦ ਇਹ ਸਾਰੀ ਜਿਹੜੀ ਘਟਨਾ ਹੈਗੀ ਹੈ ਉਹ ਵਾਪਰੀ ਹੈ। ਤਾਬੜ ਤੋੜ ਜਿਹੜਾ ਹਮਲਾ ਕੀਤਾ ਗਿਆ ਹੈਗਾ ਪੁਲਿਸ ਪਾਰਟੀ ਦੇ ਉੱਤੇ, ਉਸ ਹਮਲੇ ਦੇ ਵਿੱਚ ਪੁਲਿਸ ਇੱਕ ਪੁਲਿਸ ਕਰਮੀ ਦੀ, ਹੌਲਦਾਰ ਦੀ ਮੌਤ ਹੋਈ ਹੈ। ਇਹ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਤੁਹਾਨੂੰ ਦਿੱਤੀ ਗਈ ਜਾਣਕਾਰੀ ਹੈ। ਪੰਜਾਬ ਦੇ ਵਿੱਚ ਜੋ ਬਹੁਤ ਚਰਚਿਤ ਬੀਜ ਘੁਟਾਲਾ ਹੈ ਉਸ ਦੀ ਗੱਲ ਕਰ ਲੈਂਦੇ ਹਾਂ। ਉਸ ਮਸਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਅੱਜ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਅਨਾਜ ਮੰਡੀ ਥਾਣਾ ਦੀ ਪੁਲਿਸ ਦੇ ਵੱਲੋਂ ਜਿਹੜਾ ਇਹ ਅਣਅਧਿਕਾਰਿਤ ਅਤੇ ਵੱਧ ਰੇਟ ਦੇ ਉੱਤੇ ਝੋਨੇ ਦਾ ਬੀਜ ਵੇਚ ਕੇ ਜਿਹੜੀ ਕਿਸਾਨਾਂ ਨਾਲ ਠੱਗੀ ਕੀਤੀ ਗਈ ਸੀ, ਉਸ ਮਾਮਲੇ ਦੇ ਵਿੱਚ ਬੀਜ ਵੇਚਣ ਵਾਲੇ ਰਾਧੇ ਸ਼ਿਆਮ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ ਜਿਹੜੀ ਪੁੱਛ ਪੜਤਾਲ ਹੋਈ ਸੀ ਉਹਦੇ ਆਧਾਰ 'ਤੇ ਹੀ ਲੁਧਿਆਣਾ ਨਾਲ ਸੰਬੰਧਿਤ ਇੱਕ ਹੋਰ ਬੀਜ ਵੇਚਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ। SSP ਮਨਦੀਪ ਸਿੰਘ ਸਿੱਧੂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਲੁਧਿਆਣਾ ਦਾ ਰਹਿਣ ਵਾਲਾ ਹੈ। ਰਾਧੇ ਸ਼ਿਆਮ ਨੂੰ ਇਹ ਵਿਅਕਤੀ ਜਿਹੜਾ ਅੱਜ ਫੜਿਆ ਉਹ ਬੀਜ ਸਪਲਾਈ ਕਰਦਾ ਸੀ ਅਤੇ ਸਰਕਾਰ ਵੱਲੋਂ ਹਾਲੇ ਇਸ ਤਰ੍ਹਾਂ ਦੁਕਾਨਦਾਰਾਂ ਰਾਹੀਂ ਪ੍ਰਾਈਵੇਟ ਤੌਰ 'ਤੇ ਬੀਜ ਵੇਚਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਹ ਬੀਜ ਹੈ ਜਿਹੜਾ ਵੱਧ ਰੇਟ 'ਤੇ ਵੀ ਵੇਚਿਆ ਜਾ ਰਿਹਾ ਸੀ, ਜਿਸ ਕਾਰਨ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਬੀਜ ਘੁਟਾਲੇ ਦੇ ਇਸ ਮਸਲੇ ਦੇ ਉੱਤੇ ਪੂਰੀ ਸਿਆਸਤ ਗਰਮਾਈ ਹੋਈ ਹੈ। ਜਿਹੜੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਲੀਡਰ ਨੇ ਸੀਨੀਅਰ ਸਾਬਕਾ ਮੰਤਰੀ ਕਹਿ ਸਕਦੇ ਹਾਂ ਪੰਜਾਬ ਦੇ ਜਿਹੜੇ ਬਿਕਰਮ ਸਿੰਘ ਮਜੀਠੀਆ, ਉਹਨਾਂ ਦੋਵਾਂ ਦੇ ਵਿਚਕਾਰ ਕਾਫੀ ਇਸ ਮਸਲੇ ਨੂੰ ਲੈ ਕੇ ਸ਼ਬਦੀ ਜੰਗ ਹੈ ਜਿਹੜੀ ਚੱਲ ਰਹੀ ਹੈ। ਬਿਕਰਮ ਮਜੀਠੀਆ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹਨਾਂ ਦਾ ਕਨੈਕਸ਼ਨ ਹੈ ਇਹ ਬੀਜ ਘੁਟਾਲੇ ਦੇ ਵਿੱਚ ਸ਼ਾਮਿਲ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਨਾਲ, ਅਤੇ ਸੁਖੀ ਰੰਧਾਵਾ ਕਹਿ ਰਹੇ ਨੇ ਕਿ ਪੂਰੇ ਮਾਮਲੇ ਦੀ CBI ਜਾਂਚ ਕਰਵਾ ਲਓ, ਚਾਹੇ ਮੈਨੂੰ ਕੋਈ ਡਰ ਨਹੀਂ ਹੈਗਾ। ਸੋ ਇੱਕ ਦੂਸਰੇ 'ਤੇ ਇਲਜ਼ਾਮ ਲਾਏ ਜਾ ਰਹੇ ਨੇ। ਅੱਜ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਹੈਗੇ ਨੇ ਜਿਹੜੇ ਸਿਮਰਜੀਤ ਸਿੰਘ ਬੈਂਸ, ਉਹਨਾਂ ਨੇ ਇੱਕ TV ਚੈਨਲ 'ਤੇ ਬੋਲਦਿਆਂ ਕਿਹਾ ਕਿ ਜਿਹੜੇ ਛੋਟੇ ਮੁਲਜ਼ਮ ਨੇ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਤਾਂ ਫੜਿਆ ਜਾ ਰਿਹਾ, ਪਰ ਕਿੰਗ ਪਿੰਨ ਕੌਣ ਹੈ, ਉਸ ਤੱਕ ਕੌਣ ਪਹੁੰਚੂਗਾ, ਇਹ ਵੱਡੇ ਸਵਾਲ ਉਹਨਾਂ ਨੇ ਖੜ੍ਹੇ ਕੀਤੇ ਨੇ। ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੁਣ ਗੱਲ ਕਰ ਲੈਂਦੇ ਹਾਂ, ਜਿਹੜਾ ਪਿਛਲੇ ਕਈ ਦਿਨਾਂ ਤੋਂ ਫਰਾਰ ਹੈ। ਫਰਾਰ ਨਹੀਂ ਅਸਲ ਦੇ ਵਿੱਚ ਕਹਿ ਸਕਦੇ, ਜੋ ਇੱਕ ਆਪਾਂ ਹਕੀਕੀ ਤੌਰ 'ਤੇ ਦੇਖਦੇ ਹਾਂ ਕਿ ਕੀ ਕੁਛ ਚੱਲ ਰਿਹਾ ਹੈ ਆਪਣੀਆਂ ਅੱਖਾਂ ਦੇ ਸਾਹਮਣੇ। ਫਰਾਰ ਨਹੀਂ ਕਹਿ ਸਕਦੇ, ਜਾਣ ਬੁੱਝ ਕੇ ਉਸ ਨੂੰ ਜਿਹੜਾ ਫਰਾਰ ਬਣਾਇਆ ਜਾ ਰਿਹਾ ਪੰਜਾਬ ਪੁਲਿਸ ਦੇ ਵੱਲੋਂ, ਕਿਉਂਕਿ ਪਿਛਲੇ ਦਿਨੀ ਸਿੱਧੂ ਮੂਸੇਵਾਲੇ ਨੂੰ ਰੋਕਿਆ ਗਿਆ ਸੀ ਨਾਭੇ ਦੇ ਵਿੱਚ
2 ਗੱਡੀਆਂ ਦੇ ਸਮੇਤ ਔਰ ਪੁਲਿਸ ਨੇ ਹੱਥ ਵਿੱਚ ਆਇਆ ਹੋਇਆ ਸਿੱਧੂ ਮੂਸੇਵਾਲਾ ਵੀ ਛੱਡ ਦਿੱਤਾ ਸੀਗਾ, ਆਪਣੇ ਆਪ ਛੱਡਿਆ। ਤੁਹਾਨੂੰ ਫਰਾਰ ਨਹੀਂ ਕਿਹਾ ਜਾ ਸਕਦਾ, ਪੂਰੀ ਮਿਲੀ ਭੁਗਤ ਕਹਿ ਸਕਦੇ ਹਾਂ। ਉਸ ਮਸਲੇ ਦੇ ਵਿੱਚ ਪੰਜਾਬ ਦੇ ਕੁਛ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਜੇ ਸਿੱਧੂ ਮੂਸੇਵਾਲੇ ਨੂੰ ਤੁਹਾਡੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਫੜਨਾ ਨਹੀਂ ਚਾਹੁੰਦੀ ਤਾਂ ਉਹਨੂੰ ਪੰਜਾਬ ਦਾ DGP ਕਿਉਂ ਨਾ ਲਾ ਦਿੱਤਾ ਜਾਵੇ। ਹੋ ਸਕਦਾ ਉਹ ਇਸ ਅਹੁਦੇ ਦੇ ਕਾਬਿਲ ਹੋਵੇ। ਵਿਰੋਧ ਦੇ ਵਿੱਚ ਦਰਅਸਲ ਉਹਨਾਂ ਨੇ ਕਿਹਾ ਇੱਕ ਵਿਅੰਗਮਈ ਜਿਹੜਾ ਆਪਣਾ ਰੋਸ ਪ੍ਰਗਟ ਕੀਤਾ ਕਿ ਜੇ ਸਿੱਧੂ ਮੂਸੇਵਾਲੇ ਨੂੰ ਇੰਨਾ ਹੀ ਇੱਜ਼ਤ ਮਾਣ ਦੇਣਾ ਹੈ ਤਾਂ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਥਾਪ ਦੇਣਾ ਚਾਹੀਦਾ। ਇੱਕ ਚਿੱਠੀ ਜਿਹੜੀ ਲਿਖੀ ਹੈ ਉਹਦੇ ਵਿੱਚ ਐਡਵੋਕੇਟ ਹਾਕਮ ਸਿੰਘ, RTI ਐਕਟਿਵਿਸਟ ਕੁਲਦੀਪ ਸਿੰਘ ਖਹਿਰਾ, ਪਰਵਿੰਦਰ ਸਿੰਘ ਕਿਤਣਾ ਅਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ, ਇਹਨਾਂ ਨੇ ਚਿੱਠੀ ਭੇਜੀ ਹੈ ਕਿ ਪੰਜਾਬ ਪੁਲਿਸ ਦੀਆਂ ਜਿਹੜੀਆਂ ਮਿਹਰਬਾਨੀਆਂ ਨੇ ਸਿੱਧੂ ਮੂਸੇਵਾਲੇ ਉੱਤੇ ਕੀਤੀਆਂ ਜਾ ਰਹੀਆਂ ਨੇ ਉਹਦੀਆਂ ਕਈ ਉਦਾਹਰਣਾਂ ਵੀ ਉਹਨਾਂ ਨੇ ਚਿੱਠੀ ਦੇ ਵਿੱਚ ਦਿੱਤੀਆਂ ਹੈਗੀਆਂ ਨੇ। ਚਿੱਠੀ ਦੇ ਅੰਤ ਵਿੱਚ ਜੋ ਲਿਖਿਆ ਉਹ ਅਸੀਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ। ਲਿਖਿਆ ਹੋਇਆ ਕਿ ਸਾਰੇ ਵਰਤਾਰੇ ਤੋਂ ਇੱਕ ਗੱਲ ਚੰਗੀ ਤਰ੍ਹਾਂ ਸਾਬਿਤ ਹੋ ਰਹੀ ਹੈ ਕਿ ਸੰਗਰੂਰ, ਬਰਨਾਲਾ ਅਤੇ ਪਟਿਆਲਾ ਜ਼ਿਲ੍ਹਿਆਂ ਦੀ ਪੁਲਿਸ ਕਾਨੂੰਨ ਮੁਤਾਬਿਕ ਕੰਮ ਨਾ ਕਰਕੇ ਇਸ ਗਾਇਕ ਸਿੱਧੂ ਮੂਸੇਵਾਲੇ ਮੁਤਾਬਿਕ ਹੀ ਚੱਲ ਰਹੀ ਹੈ। ਇਹ ਸ਼ਖਸ ਹੀ ਪੰਜਾਬ ਪੁਲਿਸ ਦੇ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਆਪਣੀ ਇੱਛਾ ਦੇ ਮੁਤਾਬਿਕ ਚਲਾ ਰਿਹਾ। ਇਸ ਲਈ ਆਪ ਜੀ ਨੂੰ ਬੇਨਤੀ ਹੈ, ਜੇਕਰ ਸਿੱਧੂ ਮੂਸੇਵਾਲੇ ਨੂੰ ਪੰਜਾਬ ਸਰਕਾਰ ਵੱਲੋਂ ਇੰਨਾ ਹੀ ਕਾਬਿਲ ਅਤੇ ਸਨਮਾਨਯੋਗ ਸਮਝਿਆ ਜਾ ਰਿਹਾ ਹੈ ਤਾਂ ਚੰਗਾ ਹੋਏਗਾ ਕਿ ਇਸ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦਾ ਲਗਾ ਦਿੱਤਾ ਜਾਵੇ ਅਤੇ ਪੂਰੀ ਪੁਲਿਸ ਦਾ ਮੁਖੀ ਇਹਨੂੰ ਥਾਪ ਦਿੱਤਾ ਜਾਵੇ ਤਾਂ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਕਾਨੂੰਨੀ ਤੌਰ 'ਤੇ ਉਸ ਨੂੰ ਇੱਜ਼ਤ ਮਾਣ ਦੇ ਸਕਣ, ਸ਼ਰੇਆਮ ਦੇ ਸਕਣ ਅਤੇ ਉਸਦੀ ਇੱਛਾ ਮੁਤਾਬਿਕ ਕੰਮ ਕਰ ਸਕਣ। ਅਗਲੀ ਖਬਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਹੈ ਜਿੱਥੇ ਬਿਜਲੀ ਕਾਮਿਆਂ ਨੇ ਪ੍ਰਦਰਸ਼ਨ ਕੀਤਾ ਹੈ। ਬਿਜਲੀ ਕਾਮਿਆਂ ਨੇ ਇਕੱਲੇ ਪਟਿਆਲੇ ਦੇ ਵਿੱਚ ਹੀ ਪ੍ਰਦਰਸ਼ਨ ਨਹੀਂ ਕੀਤਾ, ਪੂਰੇ ਪੰਜਾਬ ਦੇ ਅੰਦਰ ਉਪਮੰਡਲ ਅਤੇ ਮੰਡਲ ਦਫ਼ਤਰਾਂ ਦੇ ਮੂਹਰੇ ਉਹਨਾਂ ਨੇ ਧਰਨੇ ਲਾਏ ਨੇ, ਰੈਲੀਆਂ ਅਤੇ ਵਿਖਾਵੇ ਕੀਤੇ ਨੇ, ਪਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੀ ਗਈ ਅਤੇ ਮਾਸਕ ਨੇ ਜਿਹੜੇ ਉਹ ਸਾਰੇ ਪ੍ਰਦਰਸ਼ਨਕਾਰੀਆਂ ਦੇ ਪਾਏ ਹੋਏ ਸੀਗੇ। ਅਤੇ ਜਿਹੜੇ ਹੈਗੇ ਨੇ ਬਿਜਲੀ ਕਾਮੇ ਉਹਨਾਂ ਨੇ ਦੱਸਿਆ ਹੈ ਕਿ ਜੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 16 ਜੂਨ ਨੂੰ ਹੈੱਡ ਆਫਿਸ ਪਟਿਆਲਾ ਦੇ 3 ਗੇਟਾਂ ਦੇ ਮੂਹਰੇ ਪ੍ਰਦਰਸ਼ਨ ਕੀਤਾ ਜਾਏਗਾ। ਦਰਅਸਲ ਉਹ ਕਹਿੰਦੇ ਨੇ ਕਿ ਮੈਨੇਜਮੈਂਟ ਵੱਲੋਂ ਜਥੇਬੰਦੀ ਦੇ ਨਾਲ ਮੀਟਿੰਗਾਂ ਦੇ ਵਿੱਚ ਜਿਹੜੇ ਫੈਸਲੇ ਹੋਏ ਸੀ ਉਹ ਲਾਗੂ ਨਹੀਂ ਕੀਤੇ ਗਏ ਹੈਗੇ, ਇਹ ਇਹਨਾਂ ਦਾ ਇਲਜ਼ਾਮ ਹੈ। ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਸਾੜੀਆਂ ਗਈਆਂ। ਰੈਲੀਆਂ ਦੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ 10 ਤੋਂ 30 ਜੂਨ ਤੱਕ ਦੋਵੇਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਸਾਰੇ ਡਾਇਰੈਕਟਰਾਂ ਦੇ ਖਿਲਾਫ਼ ਫੀਲਡ ਦੇ ਵਿੱਚ ਜਦੋਂ ਉਹ ਦੌਰੇ ਕਰਨਗੇ ਉਹਨਾਂ ਦਾ ਕਾਲੇ ਝੰਡਿਆਂ ਦੇ ਨਾਲ ਜਿਹੜਾ ਹੈ ਵਿਰੋਧ ਕੀਤਾ ਜਾਊਗਾ, ਦਿਖਾਵੇ ਨੇ ਜਿਹੜੇ ਉਹ ਕੀਤੇ ਜਾਣਗੇ ਬਿਜਲੀ ਕਾਮਿਆਂ ਦੇ ਵੱਲੋਂ। 10 ਜੂਨ ਤੋਂ ਹੀ ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ ਅਤੇ ਜੁਲਾਈ ਦੇ ਦੂਸਰੇ ਹਫ਼ਤੇ 1 ਦਿਨ ਦੀ ਮੁਕੰਮਲ ਹੜਤਾਲ ਕੀਤੀ ਜਾਏਗੀ, ਇਹ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖਿਆਵਾਂ ਸ਼ੁਰੂ ਕਰਨ ਦੀਆਂ ਤਰੀਕਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵੱਖ ਵੱਖ ਸਮੈਸਟਰਾਂ ਦੀਆਂ ਇਹ ਪ੍ਰੀਖਿਆਵਾਂ 10 ਜੁਲਾਈ ਤੋਂ ਸ਼ੁਰੂ ਹੋਣਗੀਆਂ। ਡੇਟਸ਼ੀਟ ਹੈ ਜਿਹੜੀ ਅਗਲੇ ਕੁਛ ਦਿਨਾਂ ਦੇ ਅੰਦਰ ਜਾਰੀ ਹੋਵੇਗੀ। ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਵੈਬਸਾਈਟ ਹੈ ਉਹਨੂੰ ਜ਼ਰੂਰ ਚੈੱਕ ਕਰਦੇ ਰਹੋ, ਜਿਹੜੇ ਵੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ 'ਤੇ ਗਿਲਾ ਕੀਤਾ ਹੈ। ਉਹਨਾਂ ਨੂੰ ਇਤਰਾਜ਼ ਹੈ ਕਿ ਵਿਦਿਆਰਥੀਆਂ ਨੂੰ ਬਿਨਾਂ ਸਿਲੇਬਸ ਪੜ੍ਹਾਏ ਹੀ ਯੂਨੀਵਰਸਿਟੀ ਨੇ ਇਮਤਿਹਾਨ ਲੈਣ ਦੀ ਤਿਆਰੀ ਕਰ ਲਈ ਹੈ, ਕਿਉਂਕਿ ਮਾਰਚ ਵਿੱਚ ਆਪਾਂ ਦੇਖੀਏ ਕਿ ਮਾਰਚ ਦੇ ਵਿੱਚ ਇਹ ਸਾਰਾ ਲੋਕਡਾਊਨ ਕਰਫਿਊ ਸ਼ੁਰੂ ਹੋ ਗਿਆ ਸੀ ਅਤੇ ਉਦੋਂ ਤੱਕ ਵਿਦਿਆਰਥੀਆਂ ਦਾ ਸਿਲੇਬਸ ਪੂਰਾ ਨਹੀਂ ਹੋਇਆ ਸੀ। ਜਥੇਬੰਦੀਆਂ ਦੇ ਜਿਹੜੇ ਸ਼ਿਕਵੇ ਤੋਂ ਇਹ ਲੱਗਦਾ ਹੈ ਕਿ ਯੂਨੀਵਰਸਿਟੀ ਨੇ ਔਨਲਾਈਨ ਪੜ੍ਹਾਈ ਹੈ ਜਿਹੜੀ ਉਹ ਨਹੀਂ ਕਰਵਾਈ ਹੈਗੀ। ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਲਜ਼ਾਮ ਲਾਇਆ ਹੈ ਕੇਂਦਰ ਸਰਕਾਰ 'ਤੇ ਕਿ ਅੰਕੜਿਆਂ ਨੂੰ ਘੱਟ ਰੱਖਣ ਦੇ ਲਈ ਭਾਰਤ ਦੇ ਵਿੱਚ ਟੈਸਟ ਤਾਂ ਘੱਟ ਕੀਤੇ ਜਾ ਰਹੇ ਨੇ ਕਿ ਅੰਕੜੇ ਨੇ ਜਿਹੜੇ ਉਹ ਸਾਡੇ ਘੱਟ ਰਹਿ ਸਕਣ। ਇਹਦੀ ਪਹਿਲਾਂ ਵੀ ਕਈ ਵਾਰੀ ਚਰਚਾ ਹੋ ਚੁੱਕੀ ਹੈ। ਤਿਵਾੜੀ ਨੇ ਟਵੀਟ ਕੀਤਾ ਹੈ ਕਿ ਉਹਨਾਂ ਦੀ ਪਤਨੀ ਦਾ ਕੋਰੋਨਾ ਵਾਇਰਸ ਟੈਸਟ ਹੋਇਆ ਜੋ ਕਿ ਨੈਗੇਟਿਵ ਨਿਕਲਿਆ, ਪਰ ਇਸ ਦੇ ਲਈ ਉਹਨਾਂ ਨੂੰ ਕਾਫੀ ਜੱਦੋ ਜਹਿਦ ਕਰਨੀ ਪਈ ਹੈ। ਇਹ ਮਨੀਸ਼ ਤਿਵਾੜੀ ਕਹਿੰਦੇ ਨੇ ਕਿ ਡਾਕਟਰਾਂ ਨੇ ਮੇਰੀ ਪਤਨੀ ਨੂੰ COVID-19 ਟੈਸਟ ਕਰਵਾਉਣ ਦੇ ਲਈ ਕਿਹਾ ਸੀ, ਖੁਸ਼ਕਿਸਮਤੀ ਨਾਲ ਇਹ ਟੈਸਟ ਨੈਗੇਟਿਵ ਨਿਕਲਿਆ। ਇੱਕ ਹਸਪਤਾਲ ਦੇ ਕੈਂਪਸ ਦੇ ਵਿੱਚ ਪਾਲਣ ਪੋਸ਼ਣ ਹੋਣ ਦੇ ਬਾਵਜੂਦ ਉਹਨਾਂ ਦਾ ਟੈਸਟ ਕਰਵਾਉਣ ਲਈ ਮੈਨੂੰ ਜ਼ਮੀਨ ਅਸਮਾਨ ਇੱਕ ਕਰਨਾ ਪਿਆ, ਦਿੱਲੀ ਦਾ ਸਿਹਤ ਸਿਸਟਮ ਖਰਾਬ ਹੋ ਗਿਆ। ਇਹ ਮਨੀਸ਼ ਤਿਵਾੜੀ ਨੇ ਜਿਹੜਾ ਇਲਜ਼ਾਮ ਲਾਇਆ ਹੈਗਾ। ਪਟਿਆਲਾ ਤੋਂ ਖਬਰ ਹੈ ਜਿੱਥੇ DC ਕੁਮਾਰ ਅਮਿਤ ਨੇ ਇੱਕ ਨਵਾਂ ਐਲਾਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿੱਚ ਰਾਜਪੁਰਾ ਚੁੰਗੀ ਤੋਂ ਬੱਸ ਸਟੈਂਡ ਦੇ ਅੰਦਰ ਦਾ ਏਰੀਆ, ਬੱਸ ਸਟੈਂਡ ਤੋਂ ਫੁਹਾਰਾ ਚੌਂਕ, ਫੁਹਾਰਾ ਚੌਂਕ ਲੋਅਰ ਮਾਲ ਤੋਂ ਮਹਿੰਦਰਾ ਕਾਲਜ ਅਤੇ ਮਹਿੰਦਰਾ ਕਾਲਜ ਤੋਂ ਸਨੌਰੀ ਅੱਡੇ ਦੇ ਅੰਦਰ, ਇਹ ਸਾਰੀਆਂ ਥਾਵਾਂ ਦੀਆਂ ਸੜਕਾਂ ਦੇ ਉੱਤੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ
तक भारी वाहन नहीं चलाए जा सकते। पूर्ण पाबंदी लाई गई है 28 जुलाई तक इन सारे इलाकों के भारी वाहन नहीं चलणगे। वो कहते हैं कि आवाजाई बहुत बढ़ गई है भारी वाहनों के चलन के कारण, फिर जिहड़े एमरजेंसी जाने वाले लोग होंगे ने उन्हां दी आवाजाई दे विच काफ़ी रुकावट पैंदी है ते जाम लग जांदे ने। एक होर ऐलान उन्होंने किया है डीसी पटियाला कुमार अमित ने कि एविएशन क्लब के 2 किलोमीटर घेरे के अंदर लारटेन काइट्स ते विश काइट्स उड़ाउण ते पाबंदी है, यानी कि पतंगा उड़ाउण ते पाबंदी लाई गई है मुकम्मल तौर ते पाबंदी। उन्होंने कहा कि अजिहियां गतिविधियां दे नाल जहाज़ां नूं उड़ाउण जां फिर जहाज़ां नूं उतारन दे विच काफ़ी मुश्किलों का सामना करना पैंदा है, इस करके हवाई अड्डे दे आले दुआले दे 2 किलोमीटर घेरे दे विच पतंगा नहीं उड़ाइया जा सकदियां। 28 जुलाई 2020 तक ये हुक्म लागू रहेंगे। पंजाब दे मुख्यमंत्री कैप्टन अमरिंदर सिंह ने पब्लिक ते बिल्डिंग कम्मां दी यानी कि जिहड़े इमारत उसारी दे कम्म ने उन्हां नूं समाबद्ध पूरा करन दा आदेश दे दित्ता है ते चल रहे सड़कां ते ब्रिज प्रोजैक्टां दे लई 200 करोड़ दी मंजूरी भी मुख्यमंत्री कैप्टन अमरिंदर सिंह ने दे दित्ती है। पंजाब दीआं खबरां दे विच जांदे जांदे असीं तुहानूं इक खास रिपोर्ट दस्सांगे कि पंजाब दे विच प्राइवेट बसां वाले हुण किवें जहाज़ां दे रेट दीआं टिकटां ने जिहड़ियां ओह वेच रहे ने। उस रेट दीआं टिकटां लोकां तों लईआं जा रहीआं ने पर किहड़े लोकां तों? प्राइवेट बसां तां चल रहीआं पंजाब दे विच, तुसीं इह सोच रहे होवोंगे जदों तों सरकारी बसां जिहड़ीआं उतारीआं गईआं ने पंजाब दीआं सड़कां दे उत्ते, प्राइवेट बसां वाले भी कहिंदे सी कि सानूं वी चलाउण दी इजाज़त दिओ। मुख्यमंत्री कैप्टन अमरिंदर सिंह ने दे दित्ती सी कि हदायतां दा पालन करना जरूरी है, तुसीं बसां चला सकदे हो, पर प्राइवेट बस ऑपरेटरां ने नहीं चलाईआं क्योंकि 50% सवारियां दे नाल ओह कहिंदे कि साडा जिहड़ा खर्चा है ओह पूरा नहीं हुंदा ते सवारियां भी घट चढ़ रहीआं ने, लोक घट वरतों कर रहे ने, जिन्हां नूं जमा ही नहीं सरदा ओह चढ़ रहे ने। पर इह वी पता लग्गिआ कि बसां वाले डबल किराए लै रहे ने, जे इक थां तों दूजी थां ते जाण दा किराया 100 है तां उहदा 200 वसूलिया जा रहा है, जे 250 है तां 500 वसूलिया जा रहा है। ये खबर है जिहड़ी ओह सानूं मिली है जिन्हां ने कई लोकां ने सफ़र किया उन्हां तों असीं पुछिआ सी। सो प्राइवेट बस मालक हुण जहाज़ां दीआं टिकटां किवें लै रहे ने? दरअसल पंजाब दे वड्डे शहरां दे विचों रोज़ाना बसां ने जिहड़ियां ओह बिहार ते यूपी जा के उधरों लेबर नूं पंजाब लिया रहीआं ने। हुण पंजाबी ट्रिब्यून दे विच चरणजीत भुल्लर ने इह रिपोर्ट दित्ती है कि लेबर संकट दे विच फसी किसानी है हुण प्राइवेट बस मालकां दे हत्थों लुट्टी जा रही है। एक तां उहनां दे कोल मजदूरां दी घाट है, मजदूरां दी घाट करके उहनां नूं प्राइवेट बसां वालिआं दे नाल सौदे करने पै रहे ने। बठिंडा दी इक प्राइवेट बस कंपनी ने तां जनतक तौर ते लेबर पैकेज दा ऐलान भी कर दित्ता है। कंपनी ने बकायदा फोन नंबर नशर कीता है, आख्या है कि उहनां दीआं बसां बिहार दे शहरां दे विच आउंदीआं जांदीआं ने, कोई बिहार तों पंजाब आउणा चाहुंदा होए तां उह खुद पास बणा के देणगे। बरनाला, संगरूर ते लुधियाणा समेत बठिंडा ते मानसा दे कई बस ऑपरेटर भी इसे राह ते पै गए ने। सूत्रां मुताबिक प्रति सवारी 3500 तों 4500 रुपए तक वसूले जा रहे ने, बहुत वड्डी रकम है। वड्डी बस विच सिर्फ 30 तों 32 सवारियां दी प्रवानगी मिलती है पर यह बस मालक 50-50 सवारियां लिया रहे ने, यह जिहड़ी रिपोर्ट दे विच दस्या गया। तां आखिरकार की इन्हां दी कोई चैकिंग नहीं हुंदी? बसां जदों एक सूबे तों दूसरे सूबे भी आ रहीआं ने जां पंजाब दे विच वी जदों ओह आपदे जिहड़े स्टेशन दे उत्ते पहुंचदीआं ने, की उस दरम्यान कोई चैकिंग नहीं हुंदी कि 50-50 सवारियां आ रहीआं ने? बरनाला ज़िले विच कहिंदे पिछले दिन एक बस फड़ी भी गई है, कई किसान ने पैसे इकट्ठे करदे ने ते फिर बस दी बुकिंग कराउंदे ने तां कि लेबर है जिहड़ी ओह उहनां दे वास्ते बिहार तों आ सके। एक बस ऑपरेटर ने दस्या कि बिहार तों आउण वाली लेबर खुद ही बिहार सरकार तों पास बनवाउंदी है ते हुण किसान वड्डी गिणती दे विच बिहार तों लेबर पंजाब नूं लिया रहे ने। प्रति सवारी 3000 तों 3500 रुपए तक दा रेट चल रहा है। रेल गड्डियां बंद होण कारण किसान हुण मरदे की ना करदे, इस करके उह यूपी बिहार तों लेबर नूं मंगवाउण दे लई इन्हां बसां नूं वरतण दा अक्क है जिहड़ा उहनां नूं चबणा पै रिहा है ते सरकारी ਨੱਕ ਦੇ ਹੇਠ ਲੁੱਟ ਦਾ ਧੰਦਾ ਹੋ ਰਿਹਾ ਹੈ। ਇਹ ਕਹਿਣਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ, ਕਿਉਂਕਿ ਜ਼ਾਹਿਰ ਤੌਰ 'ਤੇ ਜੇ ਬੱਸਾਂ ਵਾਲੇ ਇਸ ਤਰ੍ਹਾਂ ਕਰ ਰਹੇ ਨੇ ਅਤੇ ਪ੍ਰਾਈਵੇਟ ਬੱਸਾਂ ਹੈ ਕਿਹਦੀਆਂ ਪੰਜਾਬ ਦੇ ਵਿੱਚ, ਉਹ ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰਾਈਵੇਟ ਬੱਸ ਓਪਰੇਟਰ ਨੇ ਜਿਹੜੇ ਉਹ ਉਹਨਾਂ ਦੇ ਮਾਲਕ ਕੌਣ ਨੇ,
ਜ਼ਿਆਦਾਤਰ ਬੱਸ ਆਪਰੇਟਰਾਂ ਦੇ ਮਾਲਕ ਸਿਆਸੀ ਲੀਡਰ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਤੇ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰਕਾਰੀ ਨੱਕ ਦੇ ਹੇਠ ਲੋਕਾਂ ਦੀ ਲੁੱਟ ਖਾਸ ਕਰਕੇ ਕਿਸਾਨਾਂ ਨੂੰ ਹੀ ਲੋੜ ਹੈ ਇਸ ਵਕਤ ਲੇਬਰ ਦੀ ਉਹਨਾਂ ਦੀ ਪੂਰੀ ਲੁੱਟ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਪ੍ਰਾਈਮ ਟਾਈਮ 'ਚ ਮੁੜ ਮਿਲਾਂਗੇ ਧੰਨਵਾਦ